ਕੀ ਨਾਂ ਤੁਹਾਡਾ ਜੀ? ਮੇਰਾ ਨਾਂ ਜਾਨਜੀਤ ਸਿੰਘ ਆ, ਮੇਰਾ ਬੇਟਾ ਅਜੇ ਕੁਮਾਰ 18 ਜਨਵਰੀ ਰਜੌਰੀ ਦੇ ਵਿੱਚ ਸ਼ਹੀਦ ਹੋ ਗਿਆ ਹੈ ਜੀ। ਉਹਨੂੰ ਹਾਲੇ ਤੱਕ ਕੋਈ ਇਨਸਾਫ਼ ਨਹੀਂ ਮਿਲ ਰਿਹਾ। ਕਿਹੜੇ ਉਹਦੇ ਵਿੱਚ ਕਿੱਥੇ ਭਰਤੀ ਹੋਇਆ ਹੋਇਆ ਸੀਗਾ? ਭਰਤੀ ਇੱਥੇ ਹੋਇਆ ਜੰਮੂ ਕਸ਼ਮੀਰ ਰਜੌਰੀ ਇਲਾਕੇ 'ਚ ਹੋਇਆ। ਨਹੀਂ ਨਹੀਂ ਕਿਹੜੀ ਆਰਮੀ 'ਚ ਸੀਗਾ ਜੀ ਉਹ? ਅਗਨੀਵੀਰ। ਅਗਨੀਵੀਰ ਸਕੀਮ, ਅਗਨੀਵੀਰ ਸਕੀਮ 'ਚ ਹੋਇਆ ਜੀ 4 ਸਾਲ ਲਈ। ਅੱਛਾ, ਕਿੰਨੀ ਦੇਰ ਪਹਿਲਾਂ ਭਰਤੀ ਹੋਇਆ ਸੀ ਉਹ? ਉਹ ਬਸ ਉਹਨੇ 12-13 ਮਹੀਨੇ ਡਿਊਟੀ ਕਰੀ ਆ ਜਿੱਦਾਂ। ਅੱਛਾ, ਟ੍ਰੇਨਿੰਗ 6-7 ਮਹੀਨੇ ਟ੍ਰੇਨਿੰਗ ਕਰੀ ਆ, 4-5 ਮਹੀਨੇ ਡਿਊਟੀ 'ਚ ਗਿਆ ਜੰਮੂ ਕਸ਼ਮੀਰ ਰਜੌਰੀ 'ਚ। ਅੱਛਾ ਜੀ, ਦੇਖਿਆ ਗਿਆ ਕਿ ਪਿਛਲੇ ਲੋਕ ਸਭਾ ਇਜਲਾਸ ਦੇ ਦੌਰਾਨ ਹੈ ਜਿਹੜਾ ਰਾਹੁਲ ਗਾਂਧੀ ਅਤੇ ਰਾਜਨਾਥ ਸਿੰਘ ਦੇ ਵਿਚਾਲੇ ਥੋੜ੍ਹੀ ਜਿਹੀ ਗਰਮਾ ਗਰਮੀ ਹੁੰਦੀ ਹੈ। ਸੈਂਟਰ ਸਰਕਾਰ ਕਹਿ ਰਹੀ ਹੈ ਵੀ 1 ਕਰੋੜ ਰੁਪਏ ਦੀ ਰਾਸ਼ੀ ਹੈ ਜਿਹੜੀ ਅਸੀਂ ਦਿੱਤੀ ਹੈ, ਅਤੇ ਉਹਦੇ ਬਾਰੇ ਥੋੜ੍ਹਾ ਜਿਹਾ ਚਾਨਣਾ ਪਾਓ ਜੀ, ਕੀ ਗੱਲ ਹੈ ਹੁਣ ਤੱਕ ਜਿਹੜੀ ਤੁਹਾਨੂੰ ਰਾਸ਼ੀ ਹੈ, ਕਿੰਨੀ ਰਾਸ਼ੀ ਦਿੱਤੀ? ਰਾਸ਼ੀ ਸਰ ਜੀ ਸਾਨੂੰ ਮਿਲੀ ਇੱਕ ਤਾਂ ਆਈਸੀਆਈ ਬੈਂਕ 'ਚੋਂ 50 ਲੱਖ ਦਾ ਇਨਸੋਰਸ ਸੀਗਾ ਬੇਟੇ ਦਾ ਅਗਨੀਵੀਰ ਅਜੇ ਕੁਮਾਰ ਦਾ, ਅਤੇ ਦੂਸਰਾ ਹੈਗਾ 48 ਲੱਖ ਮਿਲਿਆ ਸਾਨੂੰ ਯੂਨਿਟ ਵੱਲੋਂ ਭੇਜਿਆ ਫੋਨ ਕਰਕੇ ਆਰਮੀ 'ਚੋਂ ਵੀ ਘੱਟੋ ਘੱਟ 48 ਲੱਖ ਰੁਪਇਆ ਆਇਆ। ਉਹ ਸਾਨੂੰ ਇਹ ਨਹੀਂ ਪਤਾ ਵੀ ਸੈਂਟਰ ਗੌਰਮੈਂਟ ਦਾ ਜਾਂ ਇਧਰੋਂ ਆਰਮੀ ਦਾ ਜਾਂ ਕੇਂਦਰ ਸਰਕਾਰ ਨੇ ਭੇਜਿਆ, ਇਹਦੇ ਬਾਰੇ ਸਾਨੂੰ ਕੋਈ ਨੌਲੇਜ ਨਹੀਂ। ਅਤੇ ਪੰਜਾਬ ਸਰਕਾਰ ਨੇ ਕਿੰਨੀ ਰਾਸ਼ੀ ਦਿੱਤੀ ਸੀ ਜੀ? ਪੰਜਾਬ ਸਰਕਾਰ ਨੇ ਸਾਨੂੰ 1 ਕਰੋੜ ਰੁਪਏ ਦੀ ਰਾਸ਼ੀ ਦਿੱਤੀ। ਉਹ ਪੰਜਾਬ ਸਰਕਾਰ ਦੇ ਵੱਲੋਂ ਸੀ? ਹਾਂ ਜੀ, ਪੰਜਾਬ ਸਰਕਾਰ। ਤੇ ਸੈਂਟਰ ਸਰਕਾਰ ਦਾ ਹਲੇ ਕਲੀਅਰ ਨਹੀਂ ਹੈਗਾ ਤੁਹਾਨੂੰ ਵੀ ਕੀ ਦਿੱਤਾ ਹੈ? ਨਹੀਂ, ਸੈਂਟਰ ਸਰਕਾਰ ਦਾ ਸਾਨੂੰ ਹਲੇ ਕਲੀਅਰ ਨਹੀਂ ਹੋਇਆ ਯਾਰ। ਤੇ ਅੱਜ ਨੈਸ਼ਨਲ ਮੀਡੀਆ ਪਹੁੰਚਿਆ ਹੋਇਆ ਸੀ, ਕੀ ਗੱਲਬਾਤ ਹੋਈ ਹੈ ਜੀ ਉਹਨਾਂ ਦੇ ਨਾਲ? ਉਹੀ ਗੱਲਬਾਤ ਅਸੀਂ ਇਹ ਵਿਵਾਦ ਜਿਹਾ ਉਠਾਉਂਦੇ ਹਾਂ ਵੀ ਸਾਨੂੰ ਇਹ ਯੋਜਨਾ ਜਿਹੜੀ ਅਗਲੀ ਵੀ ਰੱਦ ਹੋਣੀ ਚਾਹੀਦੀ ਹੈ, ਇਹਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਬੇਟੇ ਨੂੰ ਅਜੇ ਕੁਮਾਰ ਨੂੰ। ਸਾਨੂੰ ਪੈਨਸ਼ਨ ਵਗੈਰਾ ਲੱਗਣੀ ਚਾਹੀਦੀ ਆ, ਕੰਟੀਨ ਕਾਰਡ ਮਿਲਣਾ ਚਾਹੀਦਾ, ਸਾਡਾ ਮੈਡੀਕਲ ਜੋ ਵੀ ਆ ਇਹ ਸਹੂਲਤਾਂ ਸਾਨੂੰ ਮੁਹੱਈਆ ਕਰਾਈਆਂ ਜਾਣ, ਇਹ ਸਰਕਾਰ ਤੋਂ ਮੰਗ ਕਰਦੇ ਹਾਂ, ਕੇਂਦਰ ਸਰਕਾਰ ਤੋਂ, ਪੰਜਾਬ ਸਰਕਾਰ ਤੋਂ। ਬਾਕੀ ਬੇਟੀ ਨੂੰ ਕੋਈ ਜੋਬ ਮਿਲਣਾ ਚਾਹੀਦਾ ਜੋ BA ਕਲਾਸ ਪੜ੍ਹਦੀ ਆ ਜੀ, ਇਹੀ ਮੰਗ ਕਰਦੇ ਹਾਂ ਜੀ। ਅਤੇ ਪੰਜਾਬ ਸਰਕਾਰ ਨੇ ਜਿਹੜਾ ਨੌਕਰੀ ਦਾ ਐਲਾਨ ਕੀਤਾ ਸੀ, ਹਾਂਜੀ, ਉਹ ਨੌਕਰੀ ਕਦੋਂ ਤੱਕ ਦੇਣ ਲਈ ਕਿਹਾ ਜੀ? BA ਕਲੀਅਰ ਹੋ ਕੇ ਨਾ, ਜਦੋਂ ਬੇਟੀ BA ਕਲੀਅਰ ਕਰ ਜਾਊਗੀ ਗ੍ਰੈਜੂਏਸ਼ਨ ਕਰਕੇ, ਉਦੋਂ ਬਾਅਦ ਰਿਜ਼ਰਵ ਕਰ ਲਈ, ਉਦੋਂ ਬਾਅਦ ਕਹਿੰਦੇ ਨੌਕਰੀ ਦੇ ਦੇਵਾਂਗੇ। ਅਤੇ ਹੁਣ ਤੁਸੀਂ ਕੀ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਹੋ, ਕੀ ਗੁਜ਼ਾਰਿਸ਼ ਹੈ ਤੁਹਾਡੀ? ਸਾਡੀ ਤਾਂ ਇਹੀ ਗੁਜ਼ਾਰਿਸ਼ ਆ ਕਿ ਬੇਟੀ ਨੂੰ BA ਕਰਕੇ ਨੌਕਰੀ ਮਿਲਣੀ ਚਾਹੀਦੀ ਆ, ਬਾਕੀ ਸਾਨੂੰ ਜੋ ਸਹੂਲਤ ਮਿਲਣੀ ਚਾਹੀਦੀ ਆ ਫੌਜੀਆਂ ਨੂੰ, ਆਮ ਫੌਜੀ ਜਿੱਦਾਂ ਹੁੰਦੇ ਰੈਗੂਲਰ, ਉਹ ਸਾਨੂੰ ਮਿਲਣੀ ਚਾਹੀਦੀ ਆ, ਪੈਨਸ਼ਨ ਵਗੈਰਾ ਜਾਂ ਕਾਰਡ, ਕੰਟੀਨ ਕਾਰਡ ਹੋਇਆ ਜਾਂ ਮੈਡੀਕਲ ਹੋਇਆ, ਜੋ ਵੀ ਸਾਨੂੰ ਇਹ ਸਹੂਲਤਾਂ ਮਿਲਣੀ ਚਾਹੀਦਾ। ਹਾਲੇ ਤੱਕ ਸਾਨੂੰ ਕੋਈ ਸਹੂਲਤ ਨਹੀਂ, ਪੈਸਾ ਆਇਆ 50 ਲੱਖ ICI ਦਾ ਆ ਗਿਆ, 48 ਲੱਖ ਆਰਮੀ 'ਚੋਂ ਆ ਗਿਆ, ਬਾਕੀ ਸਾਨੂੰ ਹੋਰ ਕੋਈ ਨਹੀਂ ਆਈ ਹਾਲੇ। ਹਾਂਜੀ।